ਅੱਜ ਸ਼੍ਰੋਮਣੀ ਕਮੇਟੀ ਦਾ 100 ਸਾਲਾ ਸਥਾਪਨਾ ਦਿਵਸ ਹੈ ਇਸ ਮੌਕੇ ਜੋ ਸਮਾਗਮ ਦੀ ਤਿਆਰੀ ਨੇ ਮੁਕੰਮਲ ਕੀਤੀਆਂ ਗਈਆਂ ਨੇ ਤੁਹਾਨੂੰ ਦੱਸਦੇ ਕਿ ਇਸ ਸਮਾਗਮ ਦੌਰਾਨ ਪੰਥ ਪ੍ਰਸਿੱਧ ਕੀਰਤਨੀ ਅਤੇ ਢਾਡੀ ਜਥੇ ਜੋ ਹਾਜ਼ਰੀ ਲਵਾਉਣਗੇ ਸੰਗਤਾਂ ਨੂੰ ਜੋ ਕੀਰਤਨ ਤੇ ਇਲਾਹੀ ਬਾਣੀ ਸਰਵਣ ਕਰਾਉਣਗੇ ਸੋਤਨ ਦੱਸਦੇ ਕਿ ਅੱਜ ਸ਼੍ਰੋਮਣੀ ਕਮੇਟੀ ਦਾ 100 ਸਾਲਾ ਸਥਾਪਨਾ ਦਿਵਸ ਸਮਾਗਮ ਹੈ ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਸਾਡੇ ਸਹਿਯੋਗੀ ਆਸ਼ੂ ਨੀਜਾ ਸਰ ਨਾਲ ਲਾਈਵ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਆਸ਼ੂ ਕਿਸ ਤਰ੍ਹਾਂ ਦੀਆਂ ਜੋ ਤਿਆਰੀਆਂ ਕੀਤੀਆਂ ਗਈਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ 1 ਜੋ ਅੱਜ ਦਿਵਸ ਹੈ ਉਸ ਦੇ ਤੌਰ ਤੇ ਜੋ ਮੁੱਖ ਸਮਾਗਮ ਰੱਖੇ ਗਏ ਨੇ ਉਹਨਾਂ ਦੀਆਂ ਤਿਆਰੀਆਂ ਕੀਤੀਆਂ ਗਿਆ ਨੇ ਕਿਹੜੇ ਕਿਹੜੇ ਜੋ ਰਾਗੀ ਢਾਡੀ ਜਥੇ ਰੇ ਪਹੁੰਚ ਰਹੇ ਨੇ ਇੱਥੇ ਸ਼ਿਰਕਤ ਕਰ ਰਹੇ ਨੇ ਉਸੇ ਨੂੰ ਲੈ ਕੇ ਜਿਹੜਾ ਇਹ ਸਮਾਗਮ ਕੀਤਾ ਜਾ ਰਿਹਾ ਤੇ ਵੱਡੇ ਪੱਧਰ ਉੱਤੇ ਸ਼੍ਰੋਮਣੀ ਕਮੇਟੀ ਵੱਲੋਂ ਇਹ ਜਿਹੜਾ ਸਮਾਗਮ ਕਰਵਾਇਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਸਾਰੀਆਂ ਜਿਹੜੀਆਂ ਤਿਆਰੀਆਂ ਇੱਥੇ ਲਗਭਗ ਮੁਕੰਮਲ ਹੋ ਚੁੱਕੀਆਂ ਜੇਕਰ ਸਮੇਂ ਦੀ ਗੱਲ ਕਰੀਏ ਤਾਂ ਸਵੇਰੇ ਲਗਭਗ 8:30 ਵਜੇ ਜਿਹੜੇ ਅਖੰਡ ਪਾਠ ਦੇ ਭੋਗ ਪਾਣੇ ਉਸ ਤੋਂ ਬਾਅਦ ਜਿਹੜਾ ਕੀਰਤਨ ਹੋਵੇਗਾ ਉਸ ਤੋਂ ਬਾਅਦ ਜਿਹੜਾ ਟਾਡੀ ਦਰਬਾਰ ਲੱਗੇਗਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਸਟੇਜ ਦੀ ਸਟੇਜ ਚੱਲਕ ਹੋਏਗਾ ਸਟੇਜ ਸਟੇਜ ਦੀ ਸਥਾਪਨਾ ਕਰੇਗਾ ਉਸ ਤੋਂ ਬਾਅਦ ਜਿਹੜੀ 2:30 ਤੋਂ 3 ਵਜੇ ਕਰੀਬ ਜਿਹੜੀ ਸਮਾਪਤੀ ਦਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਤਾਂ ਸਾਨੂੰ ਦੱਸ ਦਈਏ ਕਿ ਇਸ ਦੇ ਨਾਲ ਜਿੱਥੇ ਇੱਥੇ ਧਾਰਮਿਕ ਆਗੂ ਪਹੁੰਚਣਗੇ ਉੱਥੇ ਹੀ ਜਿਹੜੇ ਸਿਆਸੀ ਆਗੂ ਆ ਉਹਨਾਂ ਦੇ ਵੀ ਪਹੁੰਚਣ ਦੀ ਜਿਹੜੀ ਉਮੀਦ ਜ਼ਾਹਿਰ ਕੀਤੀ ਜਾ ਰਹੀ ਹੈ ਉਸ ਦੇ ਚਲਦੇ ਜਿਹੜੇ ਜਿਹੜੇ ਪੁਖਤਾ ਸੁਰੱਖਿਆ ਦੇ ਪ੍ਰਬੰਧ ਇੱਥੇ ਕੀਤੇ ਗਏ ਦਰਬਾਰ ਸਾਹਿਬ ਦੇ ਬਾਹਰ ਤਾਂ ਜੋ ਕੋਈ ਅਨਸੁਕਾਮੀ ਨਾ ਘਟਨਾ ਵਾਪਰੀ ਵੱਡੇ ਪੱਧਰ ਉੱਤੇ ਪੁਲਿਸ ਦੀ ਜਿਹੜੀ ਤਣਾਤੀ ਇੱਥੇ ਹੁਣੇ ਨਾਲ ਹੀ ਸ਼ੁਰੂ ਹੋ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਬਾਰ ਸਾਹਿਬ ਦੇ ਬਾਹਰ ਦੀ ਜਿਹੜੀ ਆ ਇੱਥੇ ਪੁਲਿਸ ਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਆ ਲੇਡੀਜ਼ ਮੁਲਾਜ਼ਮ ਵੀ ਤੈਨਾਤ ਕੀਤੇ ਗਏ ਆ ਤੇ ਪੁਰਸ਼ ਮੁਲਾਜ਼ਮ ਵੀ ਜਿਹੜੇ ਤੈਨਾਤ ਕੀਤੇ ਗਏ ਆ ਤਾਂ ਜੋ ਸ ਸ਼ੇਂਦ ਨਾਲਾ ਸਕੇ ਇਸੇ ਨੂੰ ਲੈ ਕੇ ਜਿਹੜਾ ਪੁਲਿਸ ਵੱਲੋਂ ਵੀ ਤੇ ਪ੍ਰਸ਼ਾਸਨ ਵੱਲੋਂ ਪੂਰੀ ਜਿਹੜੀ ਚੌਕਸੀ ਵਰਤੀ ਜਾ ਰਹੀ ਹੈ ਉਧਰ ਦੂਸਰੇ ਪਾਸੇ ਜਿਹੜਾ ਸਫਾਈ ਦਾ ਪ੍ਰਬੰਧ ਵੀ ਜਿਹੜਾ ਤੇਜ਼ੀ ਨਾਲ ਚੱਲ ਰਿਹਾ ਸਫਾਈ ਦਾ ਕਾਰਜ ਵੀ ਜਿਹੜਾ ਇੱਥੇ ਦਰਬਾਰ ਸਾਹਿਬ ਦੇ ਵਿੱਚ ਤੇਜ਼ੀ ਦੇ ਨਾਲ ਚੱਲ ਰਿਹਾ ਤੇ ਇਹ ਸਵੇਰ ਦੀਆਂ ਤਸਵੀਰਾਂ ਦਰਬਾਰ ਸਾਹਿਬ ਦੇ ਤੁਸੀਂ ਦਰਸ਼ਨ ਵੀ ਕਰ ਸਕਦੇ ਹੋ ਪਰ ਸਫਾਈ ਦਾ ਜਿਹੜਾ ਇੱਥੇ ਪ੍ਰਬੰਧ ਤੇਜ਼ੀ ਨਾਲ ਚੱਲ ਰਿਹਾ ਸਮਾਗਮ ਦੀ ਤਿਆਰੀਆਂ ਲਗਭਗ ਸਾਰੀਆਂ ਹੀ ਮੁਕੰਮਲ ਹੋ ਚੁੱਕੇ ਥੋੜੀ ਦੇਰ ਦੇ ਵਿੱਚ ਖੰਡ ਪੈੜ ਦੇ ਭੋਗ ਭੋਗ ਪੈਣਗੇ ਉਸ ਤੋਂ ਬਾਅਦ ਜਿਹੜਾ ਕੀਰਤਨ ਹੋਵੇਗਾ ਫਿਰ ਢਾਡੀ ਦਰਬਾਰ ਸਜੇਗਾ ਫਿਰ ਉਸ ਤੋਂ ਬਾਅਦ 12 ਵਜੇ ਸਾਢੇ 12 ਦੇ ਕਰੀਬ ਜਿਹੜਾ ਸਟੇਜ ਦਾ ਸੰਚਾਲਕ ਚੱਲੇਗਾ ਸਟੇਜ ਦੀ ਕਾਰਵਾਈ ਸ਼ੁਰੂ ਹੋਏਗੀ ਉਸ ਤੋਂ ਬਾਅਦ 2:30 ਵਜੇ ਦੇ ਸਾਰੇ ਆਗੂ ਜਿਹੜੇ ਸੰਬੋਧਨ ਕਰਨਗੇ ਧਾਰਮਿਕ ਆਗੂ ਹੋਣ ਜਾਂ ਸਿਆਸੀ ਆਗੂ ਸੰਬੋਧਨ ਕਰਨ ਤੋਂ ਬਾਅਦ ਇਹ ਸਮਾਪਤੀ ਹੋਊਗੀ ਜੇਕਰ ਗੁਰਪ੍ਰੀਤ ਮੈਂ ਇਤਿਹਾਸ ਦੀ ਗੱਲ ਕਰਾਂ ਤਾਂ ਵੱਡਾ ਇਤਿਹਾਸ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 1915 ਤੋਂ ਲੈ ਕੇ 1920 ਦੇ ਵਿੱਚ ਵੱਡੀਆਂ ਲਹਿਰਾਂ ਉੱਠੀਆਂ ਸੀ ਅਕਾਲੀ ਲਹਿਰ ਹੋਵੇ ਗਦਰੀ ਲਹਿਰ ਹੋਵੇ ਹੋਰ ਲਹਿਰਾਂ ਦੀ ਗੱਲ ਕਰੀਏ ਤਾਂ ਜੋ ਕਿ ਮਹੰਤਾ ਤੇ ਅੰਗਰੇਜ਼ਾਂ ਦੇ ਕਬਜ਼ੇ ਹੇਠ ਹੁੰਦੇ ਸੀ ਸਾਰੇ ਗੁਰਦੁਆਰੇ ਜੋ ਪੰਜਾਬ ਦੇ ਗੁਰਦੁਆਰੇ ਚਾਹੇ ਲਾਹੌਰ ਦੀ ਗੱਲ ਕਰੀਏ ਅੰਮ੍ਰਿਤਸਰ ਦੀ ਗੱਲ ਕਰੀਏ ਨਾਨਕਸਰ ਦੀ ਗੱਲ ਕਰੀਏ ਸਾਰੇ ਗੁਰਦੁਆਰੇ ਜਿਹੜੇ ਅੰਗਰੇਜ਼ਾਂ ਤੇ ਮਹੰਤਾ ਦੇ ਕਬਜ਼ੇ ਹੇਠ ਆਗੇ ਸੀ ਤੇ ਉਹਨਾਂ ਨੂੰ ਛੁੜਵਾਉਣ ਦੇ ਲਈ ਸ਼ਰੋਮਣੀ ਇੱਕ ਇੱਕ ਅਕਾਲੀ ਲਹਿਰ ਚੱਲੀ ਇੱਕ ਗਦਰ ਲਹਿਰ ਚੱਲੀ ਤੇ ਸਾਰੀਆਂ ਲਹਿਰਾ ਤੇ ਸਰਬੱਤ ਖਾਲਸਾ ਸਾਜਿਆ ਗਿਆ ਇੱਕ ਸਾਰੀਆਂ ਸੰਗਤਾਂ ਨੂੰ ਬੁਲਾਇਆ ਗਿਆ ਸਿੱਖ ਸੰਗਤਾਂ ਜੋ ਸਿੱਖ ਧਰਮ ਦੇ ਵਿੱਚ ਆਪਣਾ ਵਿਸ਼ਵਾਸ ਰੱਖਦੀ ਹੈ ਸਭ ਨੂੰ ਬੁਲਾਇਆ ਗਿਆ ਤੇ ਇੱਕ ਝੰਡੇ ਥੱਲੇ ਸਭ ਨੂੰ ਇਕੱਠਾ ਕੀਤਾ ਗਿਆ ਤੇ ਇੱਕੋ ਨਾਰਾ ਬੁਲੰਦ ਕੀਤਾ ਕਿ ਸ਼੍ਰੋਮਣੀ ਗੁਰਦੁਆਰੇ ਜਿਹੜੇ ਆ ਜੋ ਗੁਰਦੁਆਰੇ ਆ ਪੰਜਾਬ ਦੇ ਹਰਿਆਣੇ ਦੇ ਗੁਰਦੁਆਰੇ ਚਾਹੇ ਪਾਕਿਸਤਾਨ ਜੋ ਹੁਣ ਇਸ ਵਜ੍ਹਾ ਪੰਜਾਬ ਚਲਾ ਗਿਆ ਉੱਥੋਂ ਦੇ ਗੁਰਦੁਆਰੇ ਆ ਪੂਰੇ ਹਿੰਦੁਸਤਾਨ ਦੇ ਗੁਰਦੁਆਰੇ ਜਿਹੜੇ ਉਹਨਾਂ ਨੂੰ ਅੰਗਰੇਜ਼ਾਂ ਤੇ ਮਹੰਤਾ ਤੋਂ ਆਜ਼ਾਦ ਕਰਵਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਲੈ ਕੇ ਆਂਦਾ ਜਾਵੇ ਕਿਉਂਕਿ ਇਹਦੀ ਜਿਹੜੀ ਦੇਖਭਾਲ ਕਰਨਗੇ ਸਿੱਖ ਕਰਨਗੇ ਨਾ ਕਿ ਮਹੰਤ ਜਾਂ ਅੰਗਰੇਜ਼ ਕਰਨਗੇ ਇਸੇ ਨੂੰ ਲੈ ਕੇ ਇੱਕ ਲਹਿਰ ਚੱਲੀ ਉਸ ਤੋਂ ਬਾਅਦ ਇੱਕ ਕਮੇਟੀ ਬਣ ਗਈ 375 ਮੈਂਬਰੀ ਕਮੇਟੀ ਬਣੀ ਜਿਸ ਵਿੱਚ ਹਾਲਾਂਕਿ ਸਰਕਾਰ ਦੇ 30 ਨੁਮਾਇੰਦੇ ਵੀ ਸ਼ਾਮਲ ਕੀਤੇ ਗਏ 375 ਤੇ 30 ਮੈਂਬਰ ਸਰਕਾਰ ਦੇ ਸ਼ਾਮਲ 395 ਮੈਂਬਰੀ ਕਮੇਟੀ ਬਣੀ ਜਿੰਦੇ ਅੰਡਰ ਸਾਰਾ ਗੁਰਦੁਆਰਿਆਂ ਦਾ ਜਿਹੜਾ ਕੰਮਕਾਜ ਆ ਗਿਆ ਉਸੇ ਤੋਂ ਲੈ ਕੇ ਜਿਹੜਾ ਅੱਜ 100 ਸਾਲ ਹੋ ਗਈ ਉਸ ਉਸ ਲਹਿਰ ਨੂੰ ਉਸ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੁਲੰਦੀਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡੀਆਂ ਸ਼ੁਰੂਆਤਾਂ ਚਾਏ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ ਚਾਹੇ ਹੈਲਥ ਦੀ ਗੱਲ ਕਰੀਏ ਹਰੇਕ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਆਪਣਾ ਲਗਾਤਾਰ ਯੋਗਦਾਨ ਪਾਉਂਦੀ ਆ ਰਹੀ ਹੈ ਤੇ ਇਸੇ ਦੇ ਜਿਹੜੇ 100 ਸਾਲ ਪੂਰੇ ਹੋਣ ਜਾ ਰਹੇ ਤੇ ਧੂਮ ਧਾਮ ਦੇ ਨਾਲ ਇਸ ਨੂੰ ਮਨਾਇਆ ਜਾ ਰਿਹਾ ਤੇ ਸਿੱਖ ਸੰਗਤਾਂ ਵੀ ਕਿਤੇ ਦੇ ਨਾਲ ਕਿਤੇ ਉਤਸ਼ਾਹਿਤ ਹਨ ਜਿਹੜੇ 100 ਸਾਲ ਨੂੰ ਲੈ ਕੇ ਬਿਲਕੁਲ ਆਸ਼ੂ ਆ ਜੋ तमाम ਚਾਹੇ ਆਪਾਂ ਵਿਧੇਕ ਅਧਾਰੇ ਦੀ ਗੱਲ ਕਰ ਲਈਏ ਚਾਹੇ ਵਕ ਵਕ ਹੋਰ ਵੀ ਕਈ ਸਮਾਜ ਸੇਵੀ ਕੰਮ ਕੀਤੇ ਜਾ ਰਹੇ ਨੇ ਸੋ ਅਸੂ ਤਾ ਬਹੁਤ ਬਹੁਤ ਧੰਨਵਾਦ ਤੁਮਾਂ ਮਾਮ ਜਾਣਕਾਰੀ ਦੇਣ ਦੇ ਲਈ ਤਾਂ ਤੁਹਾਨੂੰ ਦੱਸ ਦੇ ਕਿ ਅੱਜ ਸ਼੍ਰੋਮਣੀ ਕਮੇਟੀ ਦਾ 100 ਸਾਲਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਇਸ ਮੌਕੇ ਤੇ ਵੱਖ-ਵੱਖ ਤਰ੍ਹਾਂ ਦੇ ਜੋ ਦੂਰ ਦਰਾਡੇੋਂ ਪ੍ਰਸਿੱਧ ਕੀਰਤਨੀਏ ਰਾਗੀ ਟੱਡੇ ਢਾਡੀ ਜਥੇ ਜੋ ਕੀਰਤਨ ਕਰਦੇ ਹੋਏ ਨਸਰ ਆਉਂਦੇ